ਕਰ ਲੋ। ਇੱਕ ਮਿੰਟ, ਹਾਂਜੀ, ਅੱਜ ਤੁਹਾਨੂੰ ਜਿਹੜਾ ਸਾਰਾ ਸੰਤਿਆਂ ਸੁਣਿਆ ਗਿਆ ਹੈ, ਕੀ ਮਹਿਸੂਸ ਕਰਦੇ ਹੋ? ਹਾਂਜੀ, ਬਹੁਤ ਖੁਸ਼ੀ ਹੈ ਮੈਨੂੰ ਜੋ ਮੇਰੇ ਸਤਿਕਾਰਯੋਗ MLA ਸਾਹਿਬ ਹੋਰ ਮੇਰੇ ਨਗਰ ਨਿਵਾਸੀ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਆ, ਮੈਂ ਆਪਣੀ ਪੂਰੀ ਜ਼ਿੰਮੇਵਾਰੀ ਬਣਾ ਲੈਣ ਪਾਊਂਗੀ। ਖੁਸ਼ੀ ਵੀ ਆ ਜੀ, ਬਹੁਤ ਖੁਸ਼ੀ। ਜਿਸ ਤਰ੍ਹਾਂ CM ਸਾਹਿਬ ਨੇ ਵੀ ਕਿਹਾ ਸੀ ਕਿ ਜਿਹੜੇ ਪਿੰਡਾਂ ਦੀਆਂ ਜਿਹੜੀਆਂ ਚੋਣਾਂ ਨੇ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸੇ ਚੋਣ 'ਤੇ ਲੜੀਆਂ ਜਾਣਗੀਆਂ, ਉਸ ਚੀਜ਼ ਦਾ ਕਿੰਨਾ ਕੁ ਅਸਰ ਦੇਖਣ ਨੂੰ ਮਿਲ ਰਿਹਾ ਜੀ? ਹਾਂਜੀ, ਬਹੁਤ ਜ਼ਿਆਦਾ। ਇਲੈਕਸ਼ਨ ਤੋਂ ਪਹਿਲਾਂ ਕਿੰਨਾ ਹੰਗਾਮਾ ਹੁੰਦਾ, ਸ਼ਰਾਬ ਵੰਡ ਹੁੰਦੀ ਹੈ, ਕਿੰਨਾ ਕੁਛ ਹੁੰਦਾ। ਹਾਂਜੀ, ਲੋਕ ਕੰਮ ਛੱਡਦੇ ਨੇ ਆਪਣਾ। ਅਤੇ ਪਿੰਡ ਦੇ ਵਿਕਾਸ ਲਈ ਕੀ ਉਪਰਾਲੇ ਕਰੋਗੇ? ਹਾਂਜੀ, ਜੋ ਸਮੂਹ ਨਗਰ ਨਿਵਾਸੀਆਂ ਨੂੰ ਸਾਨੂੰ ਘਾਟ ਆ ਜਿਹੜੀ ਚੀਜ਼ ਦੀ, ਪਹਿਲਾਂ ਤਾਂ ਜਾਣ ਆਉਣ ਦਾ ਬਹੁਤ ਔਖਾ ਸੀ, ਹੁੰਦਾ ਹੈ ਨਹੀਂ ਸਾਡੇ ਕੋਈ, ਬਾਕੀ ਸਾਡੇ ਕਲੀਨਿਕ ਵਗੈਰਾ ਕੁਛ ਵੀ ਹੈ ਨਹੀਂ ਇੱਥੇ। ਬਾਕੀ ਜੋ ਵੀ ਸਾਡੀ ਇੱਥੇ ਪਿੰਡ ਨੂੰ ਘਾਟ ਆ ਉਹ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਪਿੰਡ ਨੇ ਜਿਹੜੀ ਪਹਿਲ ਕੀਤੀ ਹੈ, ਬਾਕੀ ਆਪਣੇ ਹਲਕੇ ਦੇ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਕੀ ਅਪੀਲ ਕਰੋਗੇ? ਹਾਂਜੀ, ਮੈਂ ਤਾਂ ਇਹੀ ਕਹੂੰਗੀ ਵੀ ਇੱਕ ਦੇ ਵਿੱਚ ਜੋ ਬਰਕਤ ਆ ਉਹ ਨਹੀਂ ਪਾਰਟੀਬਾਜ਼ੀ ਦੇ ਵਿੱਚ ਨਹੀਂ ਹੈਗੀ। ਦੇਖੋ, ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਦੇ ਵਿੱਚ ਸਾਰੇ ਨਗਰ ਨੇ ਇਕੱਠ ਕਰਕੇ ਗੁਰੂ ਸਾਹਿਬ ਦਾ ਵੋਟ ਆਸਰਾ ਲੈ ਕੇ ਏਕਤਾ ਇਤਫਾਕ ਦਿਖਾਉਂਦੇ ਹੋਏ ਨਗਰ ਰੌਲ ਦੇ ਵਿੱਚ, ਜਿਹੜੀ ਸਾਡੇ ਇਲਾਕੇ ਦੀ ਸਭ ਤੋਂ ਪਹਿਲੀ ਸਰਪੰਚ ਆ ਭੈਣ ਸਾਡੀ ਗੁਰਜੀਤ ਕੌਰ, ਜਿਹੜੇ ਕਿ ਸਰਪੰਚ ਬਣੇ ਨੇ, ਇਹਨਾਂ ਨੂੰ ਲੱਖ 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 ਵਧਾਈ। ਭੈਣ ਸਾਡੇ ਪੜ੍ਹੇ ਲਿਖੇ ਨੇ ਔਰ ਪੂਰੇ ਨਗਰ ਨੇ ਜਿਹੜੀ ਹੈਗੀ ਆ ਏਕਤਾ ਦਿਖਾਈ ਆ, ਕਿਉਂਕਿ ਨਹੀਂ ਤਾਂ ਕੀ ਹੁੰਦਾ ਸੀ ਪਿੰਡਾਂ ਦੇ ਵਿੱਚ, ਜਦੋਂ ਸਰਪੰਚੀ ਦੀਆਂ ਚੋਣਾਂ ਸਭ ਤੋਂ ਵੱਧ ਲੜਾਈਆਂ ਇਹਨਾਂ ਚੋਣਾਂ ਦੇ ਵਿੱਚ ਹੁੰਦੀਆਂ ਸੀ, ਆਪਸ ਦੇ ਵਿੱਚ ਵੈਰ ਵਿਰੋਧ ਈਰਖਾ, ਉਹ ਕਹਿੰਦਾ ਮੈਂ ਉਹਨੂੰ ਨਹੀਂ ਵੰਡ ਦੇਣਾ, ਉਹ ਕਹਿੰਦਾ ਮੈਂ ਇਹ ਕਰਨਾ, ਉਹ ਕਹਿੰਦਾ ਮੈਂ ਉਹ ਕਰਨਾ, ਪਰ ਬਹੁਤ ਜਿਹੜੀ ਹੈਗੀ ਆ ਨਗਰ ਨੇ ਦਿਖਾਈ ਆ। ਔਰ ਸਾਡੇ CM ਸਾਹਿਬ ਜਿਨ੍ਹਾਂ ਨੇ ਕਿ ਪਹਿਲਾਂ ਹੀ ਐਲਾਨ ਕੀਤਾ ਕਿ ਜਿਹੜੇ ਪੰਚਾਇਤ ਆ ਉਹ ਨਗਰ ਦੀ ਹੋਵੇ, ਉਹ ਪਿੰਡ ਦੀ ਹੋਵੇ, ਉਹ ਕਿਸੇ ਧੜੇ ਦੀ ਨਾ ਹੋਵੇ, ਇਸ ਲਈ ਅੱਜ ਨਗਰ ਨੇ ਬੜਾ ਉੱਦਮ ਕੀਤਾ ਅਤੇ ਜਿੱਦਾਂ ਸਰਕਾਰ ਨੇ ਕਿਹਾ ਕਿ ਪਿੰਡ ਦੇ ਨੂੰ ਜਿਹੜੀ 5 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਜਾਊਗੀ। ਔਰ ਪਿੰਡ ਦੇ ਵਿੱਚ ਮੈਂ ਗੱਲ ਕਹਿਣਾ ਕਿ ਜਿਹੜਾ ਆਮ ਆਦਮੀ ਕਲੀਨਿਕ ਆ ਉਹ ਵੀ ਆਉਣ ਵਾਲੇ ਸਮੇਂ 'ਚ ਅਸੀਂ ਰਿਕਮੈਂਡ ਕਰਕੇ ਭੇਜਿਆ ਹੋਇਆ, ਉਹ ਵੀ ਪਿੰਡ ਦੇ ਵਿੱਚ ਬਣਾਇਆ ਜਾਊਗਾ ਤਾਂ ਕਿ ਪਿੰਡ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਣ। ਸਾਰੇ ਨਗਰ ਨੂੰ ਜਿੰਨੇ ਵੀ ਸਾਡੇ ਪਤਵੰਤੇ ਸੱਜਣ, ਸਾਬਕਾ ਸਰਪੰਚ ਸਾਹਿਬ ਜਿਨ੍ਹਾਂ ਨੇ ਬੜੀ ਮੋਹਰੀ ਭੂਮਿਕਾ ਨਿਭਾਈ ਆ, ਉਹਨਾਂ ਨੂੰ ਵੀ ਇਸ ਗੱਲ ਦੀਆਂ ਬਹੁਤ ਬਹੁਤ ਵਧਾਈਆਂ, ਉਹਨਾਂ ਦਾ ਵੀ ਧੰਨਵਾਦ ਆ। ਸਭ ਤੋਂ ਵੱਡਾ ਧੰਨਵਾਦ ਆ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਰੇ ਨਗਰ ਦੇ ਮੇਹਰ ਭਰਿਆ ਹੱਥ ਰੱਖਿਆ, ਉਹਨਾਂ ਦੇ ਮਨ ਮਿਹਰ ਪਾਈ ਆ ਕਿ ਆਪਾਂ ਆਪਸੀ ਵੈਰ ਵਿਰੋਧ ਨਹੀਂ ਕਰਨਾ, ਅਸੀਂ ਜਿਹੜਾ ਸਾਂਝਾ ਸਰਪੰਚ ਆ ਉਹ ਨਗਰ ਦਾ ਸਰਪੰਚ ਚੁਣਨਾ, ਮੇਰੇ ਨਾਲ ਭੈਣ ਖੜੇ ਨੇ ਔਰ ਇਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ। ਔਰ ਸਾਨੂੰ ਆਸ ਤੇ ਉਮੀਦ ਆ ਕਿ ਜੇ ਇੱਦਾਂ ਸਾਡੇ ਇਲਾਕੇ ਦੇ ਵਿੱਚ 106 ਪਿੰਡ ਨੇ ਔਰ ਜੇ ਇਸ ਤਰੀਕੇ ਦੇ ਨਾਲ ਪੰਚਾਇਤਾਂ ਚੁਣੀਆਂ ਜਾਣਗੀਆਂ ਤਾਂ ਸਾਡੇ ਇਲਾਕੇ ਨੂੰ 5,30,00,000 ਰੁਪਈਆ ਇੱਕੋ ਟਾਈਮ ਦੇ ਉੱਤੇ ਆ ਸਕਦਾ, ਜਿਹਦੇ ਨਾਲ ਇਲਾਕੇ ਦਾ ਬਹੁਤ ਵੱਡਾ ਵਿਕਾਸ ਹੋ ਸਕਦਾ। ਸੋ ਇਹ ਮੈਂ ਸਮੁੱਚੇ ਇਲਾਕੇ ਨੂੰ, ਸਮੁੱਚੇ ਸਾਡੇ ਪੈਲ ਹਲਕੇ ਨੂੰ, ਸਾਰੇ ਪਿੰਡਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ